ਇੱਕ ਲੋਕਾਂ ਨੂੰ ਜੋੜਨ ਦਾ ਉਪਰਾਲਾ ਹੈਗਾ। ਬੇਸਿਕਲੀ ਸਾਡੇ ਜਿਹੜੀ ਪੰਜਾਬ ਪੁਲਿਸ ਦੀ ADGP STF ਦੀ ਅਤੇ DG ਸਾਹਿਬ ਦੀ ਗਾਈਡਲਾਈਨ ਦੇ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਅੱਜ ਇਸ ਮੁਹਿੰਮ ਨੂੰ ਇਸ ਰੈਲੀ ਨੂੰ ਕੀਤਾ ਜਾ ਰਿਹਾ ਅਤੇ ਜਿਹੜੀ ਅੰਮ੍ਰਿਤਸਰ ਦੀ ਟੀਮ ਹੈ ਬਹੁਤ ਹੀ ਐਂਥੂਜ਼ੀਆਸਟਿਕ ਅਤੇ ਸਰਦਾਰ ਰਸ਼ਪਾਲ ਸਿੰਘ AIG ਸਾਹਿਬ ਸਾਡੇ ਔਰ ਹੋਰ ਆਫਿਸਰਸ ਨੇ ਮਿਲ ਕੇ ਇਹਨੂੰ ਔਰਗਨਾਈਜ਼ ਕੀਤਾ। ਮੇਨ ਮਕਸਦ ਇਹੀ ਹੈ ਕਿ ਇੱਕ ਜਿਹੜਾ ਇੱਕ ਮੈਸੇਜ ਅਗੇਂਸਟ ਦਾ ਡਰੱਗਸ, ਉਹ ਬੜਾ ਕਲੀਅਰ ਮੈਸੇਜ ਗੌਰਮੈਂਟ ਵੱਲੋਂ ਵੀ ਹੈ, ਸਾਡੇ ਵੱਲੋਂ ਵੀ ਹੈ, ਪੰਜਾਬ ਪੁਲਿਸ ਵੱਲੋਂ ਵੀ ਹੈਗਾ, ਅਤੇ ਇਹਨੂੰ ਅਸੀਂ ਕਲੀਅਰਲੀ ਮੈਸੇਜ ਨੂੰ ਪਹੁੰਚਾਉਣਾ ਵੀ ਹੈ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਪ੍ਰੋਬਲਮ ਹੈ ਇਹਦੇ ਉੱਤੇ ਨੱਥ ਵੀ ਪਾਉਣੀ ਹੈ। ਸਮਾਰਟ ਰਾਈਡਰਸ ਨੂੰ ਕਿਉਂ ਨਾਲ ਲਿਆ? ਸਮਾਰਟ ਰਾਈਡਰਸ ਨੂੰ ਇਸ ਲਈ ਲਿਆ ਗਿਆ ਹੈ ਕਿਉਂਕਿ ਜਿਹੜਾ ਯੂਥ ਹੈ ਉਹ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਇਹਦੇ ਵਿੱਚ, ਐਂਡ ਦੀਜ਼ ਸਮਾਰਟ ਯੰਗ ਪੀਪਲ ਸ਼ੁੱਡ ਇਨਕਰੇਜ ਅਦਰਸ ਸਪਰੈਡ ਦਿਸ ਇਨਫੋਰਮੇਸ਼ਨ ਅਤੇ ਹੋਰਾਂ ਨੂੰ ਆਪਣੇ ਨਾਲ ਜੋੜਨ, ਤਾਂ ਕਿ ਜਿਹੜਾ ਬੜੀ ਪ੍ਰੋਗਰਾਮ ਹੈ, ਲੋਕਾਂ ਨੂੰ ਦੂਰ ਕਰਨ ਵਾਲਾ ਪ੍ਰੋਗਰਾਮ ਹੈਗਾ, ਜਿਹੜੇ ਨਸ਼ਿਆਂ 'ਚ ਪੈਣ ਅਜੇ ਨਹੀਂ ਪਏ ਉਹਨਾਂ ਨੂੰ ਸੁਚੇਤ ਕਰਨ ਵਾਲਾ ਪ੍ਰੋਗਰਾਮ ਹੈ, ਇਹ ਸਾਰੇ ਸਕਸੈਸਫੁਲ ਹੋਣ ਅਤੇ ਇਹਦੇ 'ਚ ਲੋਕ ਵੱਧ ਤੋਂ ਵੱਧ ਜੁੜਨ। ਪੰਜਾਬ 'ਚ ਮੋਟਰਸਾਈਕਲਾਂ ਦਾ ਕਾਫੀ ਕਰੇਜ਼ ਹੈ, ਤੁਸੀਂ ਸਮਝੋ ਕਿ ਹੈਲਪਫੁਲ ਹੋਏਗਾ? ਦੇਖੋ, ਯੂਥ ਦੇ ਨਾਲ ਕਨੈਕਟਡ ਜੋ ਵੀ ਚੀਜ਼ ਹੈਗੀ ਹੈ ਉਹਦੇ ਨਾਲ ਡਿਫਰੈਂਟ ਮੋਡਸ ਹੈ, ਐਂਡ ਦਿਸ ਇਜ਼ ਵਨ ਆਫ ਦੀ ਇੰਪੋਰਟੈਂਟ ਏਰੀਆ, ਸੋ ਇਹ ਅਸੀਂ ਨਾਲ ਇਹਨਾਂ ਨੂੰ ਜੋੜਿਆ ਹੈਗਾ ਅਤੇ ਵੀ ਆਰ ਗੋਇੰਗ ਟੂ ਸਪਰੈਡ ਦਿਸ ਮੈਸੇਜ। ਥੈਂਕ ਯੂ। ਥਾਂਪਰਸ ਕੈਫੇ ਦੁਪਹਿਰ, ਜਿਹੜਾ ਕਿ ਸਾਰੇ ਹਿੰਦੁਸਤਾਨ ਦੇ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਬਾਈਕ ਰੈਲੀ ਜਿਹੜੀ ਹੈ ਉਹ ਔਰਗਨਾਈਜ਼ ਕੀਤੀ ਜਾ ਰਹੀ ਹੈ, ਔਰ ਇਸ ਨੂੰ ਨਾਂ ਦਿੱਤਾ ਹੈਗਾ ਰੰਗ ਦੇ ਬਸੰਤੇ। ਸੋ ਇਹ ਮੇਨ ਮਕਸਦ ਇਹਦਾ ਹੈਗਾ ਨਸ਼ਿਆਂ ਦੇ ਖਿਲਾਫ ਮੈਸੇਜ ਦੇਣਾ, ਇਹਦੇ ਨਾਲ ਸਹਿਯੋਗ ਜਿਹੜਾ ਹੈ ਉਹ ਸਾਰੀ ਪੰਜਾਬ ਪੁਲਿਸ ਔਰ ਪਰਟੀਕੁਲਰਲੀ ਸਪੈਸ਼ਲ ਟਾਸਕ ਫੋਰਸ ਜਿਹੜੀ ਪੰਜਾਬ ਗੌਰਮੈਂਟ ਨੇ ਕੰਸਟੀਚਿਊਟ ਕੀਤੀ ਸੀ ਨਸ਼ਿਆਂ 'ਤੇ, ਔਰ ਇਹਨਾਂ ਵੱਲੋਂ ਬੇਸਿਕਲੀ ਔਰਗਨਾਈਜ਼ ਕੀਤਾ ਜਾ ਰਿਹਾ, ਔਰ ਨਾਲ JC ਮੋਟਰਸ ਅੰਮ੍ਰਿਤਸਰ ਸਿਟੀ ਦੇ ਵਿੱਚ JC ਮੋਟਰਸ ਮਿਸਟਰ ਸੇਠੀ ਸਾਹਿਬ ਔਰ ਉਹਨਾਂ ਦੇ ਸਾਥੀ ਜਿਹੜੇ ਹੈ ਹਾਰਲੀ ਸਿਟੀ ਰਾਈਡਰਸ, ਇਹ ਜਿਹੜੇ ਹੈ ਇਸ ਪ੍ਰੋਗਰਾਮ ਨੂੰ ਜਿਹੜਾ ਇਹ ਸਾਰੇ ਨੂੰ ਮੁਕੰਮਲ ਕਰਨ ਦੇ ਵਿੱਚ ਔਰ ਸਾਰੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ, ਅਤੇ ਇਹ ਅੱਜ ਸ਼ਹਿਰ ਦੇ ਵਿੱਚ ਜਿਹੜਾ ਹੈ ਮੋਟਰਸਾਈਕਲ ਰੈਲੀ ਜਿਹੜੀ ਆ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਜਿਹੜੀ ਆ ਇਹ ਜਾਣਗੇ ਹੁਸੈਨੀ ਵਾਲੇ, ਉੱਥੇ ਜਿਹੜੀਆਂ ਸਮਾਧਾਂ ਨੇ ਸ਼ਹੀਦਾਂ ਦੀਆਂ, ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਦੀਆਂ, ਉੱਥੇ ਜਾ ਕੇ ਇਹ ਨਤਮਸਤਕ ਹੋ ਕੇ ਫਿਰ ਵਾਪਸ ਪਰਤਣ।